ਇਸ ਵਾਰ ਦਾ ਸੰਸਦ ਦਾ ਮੌਨਸੂਨ ਇਜਲਾਸ ਇੱਕ ਵੱਡਾ ਆਧਾਰ ਬਣਦਾ ਨਜ਼ਰ ਆ ਰਿਹਾ, ਜਿੱਥੇ ਇੱਕ ਪਾਸੇ ਕੇਂਦਰੀ ਮੰਤਰੀ ਦੇ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ, ਉੱਥੇ ਹੀ ਵਿਰੋਧੀ ਧਿਰ ਨੀਟ ਪੇਪਰ ਲੀਕ ਮਾਮਲੇ ਅਤੇ ਸੁਰੱਖਿਆ ਰੇਲਵੇ ਵਰਗੇ ਮੁੱਦਿਆਂ 'ਤੇ NDA ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ 'ਚ ਨੇ। ਇਸ ਵਾਰ ਦੇ ਮੌਨਸੂਨ ਇਜਲਾਸ 'ਚ 19 ਬੈਠਕਾਂ ਕੀਤੀਆਂ ਜਾਣੀਆਂ ਨੇ, ਜੋ ਅਹਿਮ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਸਰਕਾਰ ਵੱਲੋਂ 90 ਸਾਲ ਪੁਰਾਣੇ ਏਅਰਕ੍ਰਾਫਟ ਐਕਟ ਨੂੰ ਬਦਲਣ ਸਣੇ 6 ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਅਤੇ ਜੰਮੂ ਕਸ਼ਮੀਰ ਦੇ ਬਜਟ ਨੂੰ ਵੀ ਸੰਸਦ ਤੋਂ ਮਨਜ਼ੂਰੀ ਮਿਲ ਸਕਦੀ ਹੈ, ਜੋ ਕੇਂਦਰ ਸ਼ਾਸਨ ਅਧੀਨ ਹੈ। ਅਤੇ ਇਸ ਵਾਰ ਸੰਸਦ ਵਿੱਚ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਜਾ ਸਕਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੂ ਨੇ ਸੰਸਦ ਵਿੱਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਵੀ ਸੱਦੀ ਹੈ, ਤਾਂ ਕਿ ਉਹਨਾਂ ਮੁੱਦਿਆਂ ਨੂੰ ਸਮਝਿਆ ਜਾ ਸਕੇ ਜੋ ਇਜਲਾਸ ਦੌਰਾਨ ਉਹ ਉਠਾਉਣਾ ਚਾਹੁੰਦੇ ਨੇ। ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵਨੀਨ ਪਟਨਾਇਕ ਦੀ ਅਗਵਾਈ ਵਾਲੇ BJD ਦੇ ਐਲਾਨ ਕੀਤਾ ਹੈ ਕਿ ਇੱਕ ਮਜ਼ਬੂਤ ਧਿਰ ਦੇ ਵਜੋਂ ਉਹ ਭੂਮਿਕਾ ਨਿਭਾਉਣਗੇ ਅਤੇ ਰਾਜ ਦੇ ਹਿੱਤਾਂ ਨਾਲ ਸੰਬੰਧਿਤ ਮੁੱਦਿਆਂ ਨੂੰ ਸੰਸਦ ਦੇ ਵਿੱਚ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ। BJD ਸੰਸਦੀ ਦਲ ਦੇ ਚੇਅਰਪਰਸਨ ਵਜੋਂ ਚੁਣੇ ਗਏ ਪਟਨਾਇਕ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਉੜੀਸਾ ਵਿੱਚ ਵਿਸ਼ੇਸ਼ ਰੈਣੀ ਦੇ ਦਰਜੇ ਦੀ ਮੰਗ ਕਰਨ ਲਈ ਕਿਹਾ। ਸਰਕਾਰ ਵੱਲੋਂ ਬਜਟ ਇਜਲਾਸ ਦੌਰਾਨ ਬੈਂਕਿੰਗ ਰੈਗੂਲੇਸ਼ਨ ਐਕਟ 1949 ਅਤੇ ਹੋਰ ਕਾਨੂੰਨ ਜਿਵੇਂ ਕਿ ਬੈਂਕਿੰਗ ਕੰਪਨੀ ਐਕਟ 1970 ਅਤੇ ਬੈਂਕਿੰਗ ਕੰਪਨੀ ਐਕਟ 1980 ਵਿੱਚ ਸੋਧ ਕੀਤੇ ਜਾਣ ਦੀ ਸੰਭਾਵਨਾ। ਇਸ ਕਾਰਨ PSBG ਵਿੱਚ ਸਰਕਾਰ ਦੀ ਹਿੱਸੇਦਾਰੀ 51% ਤੋਂ ਹੇਠਾਂ ਜਾ ਸਕਦੀ ਹੈ। ਵਿੱਤ ਬਿੱਲ ਤੋਂ ਇਲਾਵਾ ਸਰਕਾਰ ਨੇ ਆਫਤ ਪ੍ਰਬੰਧਨ ਬਿੱਲ ਨੂੰ ਪੇਸ਼ ਕਰਨਾ, ਵਿਚਾਰਨ ਅਤੇ ਪਾਸ ਕਰਨ ਲਈ ਸੂਚੀਬੱਧ ਵੀ ਕੀਤਾ ਜਾਵੇਗਾ। ਲੋਕ ਸਭਾ ਦੇ ਬੁਲੇਟਿਨ ਅਨੁਸਾਰ ਪ੍ਰਸਤਾਵਿਤ ਕਾਨੂੰਨ ਦਾ ਉਦੇਸ਼ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਦੀ ਭੂਮਿਕਾ ਵਿੱਚ ਵਧੇਰੇ ਸਪੱਸ਼ਟਤਾ ਲਿਆਉਣਾ ਹੈ। ਭਾਰਤੀ ਵਾਯੂਯਾਨ ਵਿਧੇਇਕ 2024 ਨਾਗਰਿਕ ਹਵਾਬਾਜ਼ੀ ਖੇਤਰ ਵਿੱਚ ਕਾਰੋਬਾਰ ਕਰਨ ਵਿੱਚ ਆਸਾਨੀ ਲਈ ਯੋਗ ਵਿਵਸਥਾ ਮੁਹੱਈਆ ਕਰਨ ਲਈ 1934 ਦੇ ਏਅਰਕ੍ਰਾਫਟ ਐਕਟ ਨੂੰ ਬਦਲਣ ਦੀ ਕੋਸ਼ਿਸ਼ ਹੈ। 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਇਜਲਾਸ ਦੀ ਜਿਹੜੀ ਆਖਰੀ ਤਾਰੀਖ ਹੈ ਉਹ 12 ਅਗਸਤ ਹੈ, ਅਤੇ 12 ਅਗਸਤ ਨੂੰ ਇਹ ਮਾਨਸੂਨ ਇਜਲਾਸ ਸਮਾਪਤ ਹੋ ਜਾਵੇਗਾ, ਅਤੇ ਇਸ ਦੌਰਾਨ ਵੱਡੇ ਮੁੱਦੇ ਉੱਭਰਨ ਦੀ ਵੀ ਉਮੀਦ ਹੈ। ਇਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਅਤੇ ਪਾਸ ਕਰਨ ਲਈ ਸੂਚੀਬੱਧ ਹੋਰ ਬਿੱਲਾਂ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਕਾਨੂੰਨ ਦੀ ਜਗ੍ਹਾ ਲੈਣ ਵਾਲਾ ਬੋਇਲਰਸ ਬਿੱਲ, ਕੌਫੀ ਬਿੱਲ ਅਤੇ ਰਬੜ ਬਿੱਲ ਸ਼ਾਮਲ ਨੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਪਾਰ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜੋ ਸੰਸਦੀ ਏਜੰਡੇ ਦਾ ਫੈਸਲਾ ਕਰਦੀ ਹੈ।